ਚੱਕਰਾਂ ਇੱਥਾਂ ਇਤਰੇ ਵੈਣ ਉਹ ਕਰਦਾ ਜਿਹੜੇ ਅਮੀਰ ਖੁਦ ਕੀਤੇ ਲੱਖ ਲੱਖ ਵਾਰੀ ਵੀਰਣ ਬਤ ਰੁਕ ਕੇ ਆਖਦੇ ਨਾ ਅਲੀ ਫਰਮਾਇਆ ਅਜੇ ਮੈਂ ਨਾ ਰੋਵਾਂ ਮੈਂ ਏਡਾ ਗਰੀਬ ਆ ਮੇਰੀ ਅੱਖੀ ਦੇ ਵੇਦਿਆਂ ਰੱਬ ਦੇ ਲੋਕ ਮੇਰੀ ਬਦੋਲ ਮਾਰਦੇ ਰਹੇ ਅਲੀ ਆ ਦਿਨ ਮੈਂ ਛੁੜਾ ਚੰਗਾ ਹੁੰਦਾ ਜਿਹੜਾ ਤਕਬੀਰਾ ਤੋਂ ਮਹਿਰਾਮ ਵਿੱਚ ਉੱਠੇ ਜਾਂ ਗਰੀਬ ਦੇ ਮਾਤਮ ਵਿੱਚ ਉੱਠੇ ਸ਼ੀਆ ਨੂੰ ਤੇ ਆਖਣ ਦੀ ਲੋੜ ਨਹੀਂ ਮੈਂ ਤਰੁੱਟੇ ਹੱਥ ਦਾ ਮਾਤਮ ਕਰ ਅੱਲਾਹੋ ਅਕਬਰ ਅੱਲਾਹੋ ਅਕਬਰ ਤੇਰਾ ਰਿਸ਼ਤਾ ਜੋ ਹੈ ਤਕਹੀਰ ਅਲਿਆ ਨਾਲ ਵਤ ਰੁਕ ਕੇ ਅਗਲਾ ਜੁਮਲਾ ਨਾ ਰੋਣ ਵਾਲੇ ਲੋਕਾਂ ਵਤ ਅਲੀ ਹੁਸੈਨ ਅਲ ਚਿਹਰਾ ਕੀਤਾ ਉਹ ਮਜਲਸ ਖਲਾ ਪੜਦਾ ਜਿਹੜੀ ਅਲੀ ਘਰ ਦੇ ਆਵਣ ਤਾਈ ਪੁੱਤਰਾਂ ਦੇ ਹੱਥਾਂ ਤੇ ਆਪਣੇ ਦੁੱਖਾਂ ਦੀ ਪੜੀਏ ਤੂੰ ਸ਼ਾਮਲ ਤੇ ਹੋ ਮੈਂ ਮਕਤਲ ਦਾ ਇੱਕ ਗੋਸ਼ਾ ਤੇਰੇ ਹਵਾਲੇ ਕਰਾਂ ਉਹ ਰੋਣ ਵਾਲੇ ਲੋਕਾਂ ਹੁਸੈਨ ਅਲ ਵੇਖ ਕੇ ਆ ਦੇ ਹੁਸੈਨ ਮੈਨੂੰ ਤਸਲੀਆਂ ਨਾ ਦਿਓ ਮੇਰੇ ਗੱਲ ਲੱਗ ਲੱਗ ਕੇ ਵੈਣ ਕਰੋ ਮੈਨੂੰ ਵੇਲਾ ਨਹੀਂ ਭੁੱਲਦਾ ਜਦੋਂ ਚਿੱਟੇ ਦਿਹਾੜੇ ਫੌਜ ਪਰਦਾ ਕਰਾਏ ਬਗੈਰ ਮੇਰੇ ਘਰ ਆ ਗਈ ਆਪਣੀ ਮਰਜ਼ੀ ਨਾਲ ਕੀਤੇ ਨੀ ਇੱਕ ਵੈਣ ਮੇਰੀ ਮਰਜ਼ੀ ਨਾਲ ਕਰ ਮੈਂ ਆਖਿਆ ਫਰਮਾਓ ਜਦੋਂ ਮਾਇਕ ਤੇ ਮੈਂ ਉਹਨਾਂ ਦੀ ਗੱਲ ਦੁਹਰਾਈ ਅਜ਼ਾਦਾਰ ਗੱਲ ਲੱਗ ਗਏ ਤੇ ਮੈਂ ਮਿੰਬਰ ਤੋਂ ਲੈ ਗਿਆ ਉਹਨਾਂ ਆਖਿਆ ਇਹਨਾਂ ਅਜ਼ਾਦਾਰਾਂ ਨੂੰ ਦੱਸ ਅਲੀ ਵਾਰੋ ਵਾਰ ਸਾਰੇ ਪੁੱਤਰਾਂ ਦੇ ਗੱਲ ਲੱਗਾਇਆ ਆਦੈ ਮੈਂ ਜਿਹੜਾ ਗਰੀਬ ਹਾਂ ਆ ਮੇਰਾ ਕਾਤਲ ਰੱਸੀਆਂ ਚ ਗਿਰਫਤਾਰੇ ਆ ਜਿੰਨਾ ਬਤੂਲ ਨੂੰ ਮਾਰਿਆ ਹਾ ਉਹ 25 ਸਾਲ ਮੇਰੇ ਸਾਹਮਣੇ ਹੱਸਦੇ ਆ ਹੱਸਦ ਕੇ ਆਦੇ ਆ ਨਾ ਬਦਲੇ ਪੂਰੇ ਹੋ ਗਏ ਆ ਤੂੰ ਸਾਡੇ ਆਵੇ ਆਵੇ ਮਾਤਮ ਦੀ ਸਦਾ ਬਾਬਾ ਅਬਦੇ ਸੈਯਦਾ ਅਲਕਾਬੀ ਦਾ ਅਰਬੀ ਮਕਤਲ ਦਾ ਇੱਕ ਵੈਣ ਮੈਂ ਕਰਦਾ ਅਬਦੇ ਸੈਯਦ ਹਰ ਹਰਮ ਦੇ ਵਿੱਚ ਜਿਨ੍ਹਾਂ ਦੀ ਪੜੀ ਹੋਈ ਮਕਤਲ ਪੜੀ ਵੈਂਦੀ ਮੈਂ ਉਹਨਾਂ ਦਾ ਇੱਕ ਵੈਣ ਕਰਦਾ ਸ਼ਬੀਰ ਦੇ ਜ਼ਾਕਰਾਂ ਤੋਂ ਲੈ ਕੇ ਫੈਲੇ ਅਜ਼ਾਦਾਰਾਂ ਤੱਕ ਪੀਰਾਂ ਮੁਰਸ਼ਦ ਆਲਮੇ ਖਾਬੇ ਬੜਾ ਮੁਤਵੱਸਲ ਆਦਮੀ ਆਈ ਜਨਾਬੇ ਸੈਯਦਾ ਦੇ ਨਾਲ ਦੁਨੀਆ ਤੇ ਆਇਆ 20 ਜਮਾ ਦੀ ਉਸਾਨੀ ਨੂੰ ਆ ਔਰ 3 ਜਮਾ ਦੀ ਉਸਾਨੀ ਵਾਲੇ ਦਿਹਾੜੇ ਸ਼ਹੀਦ ਕੀਤਾ ਗਿਆ ਪੂਰੀ ਜ਼ਿੰਦਗੀ ਉਸ ਢੇਰ ਬਤੂਲ ਦੇ ਦੁੱਖ ਪੜੇ ਉਹਨਾਂ ਦਾ ਇੱਕ ਜੁਮਲਾ ਪੜਦਾ
ਆਲਮੇ ਖਾਬਤ ਅਮੀਰ ਅਲ ਮੋਮਿਨੀਨ ਦੇ ਕਦਮਾਂ ਤੇ ਮਾਤਮਲਾ, ਅਗਰ ਤੁਸੀਂ ਇੱਕ ਜ਼ੀਨਾ ਵਧਾਓ ਤੇ ਮੈਂ ਪੜ ਦੇਣਾ। ਕਦਮਾਂ ਤੇ ਹੱਥ ਰੱਖ ਕੇ ਆਦਾ ਮੌਲਾ ਤੂੰ ਨਬੀਆਂ ਦਾ ਮੁਸ਼ਕਲ ਕੁਸ਼ਾ ਹੈ, ਮੌਲਾ ਤੂੰ ਵਲੀਆਂ ਦਾ ਮੁਸ਼ਕਲ ਕੁਸ਼ਾ ਹੈ, ਮੌਲਾ ਕੋਈ ਐਸੀ ਮਦਦ ਹੋਵੇ ਜਿਹੜੀ ਤੈਨੂੰ ਭੁੱਲੀ ਨਾ ਹੋਵੇ। ਅਲੀ ਗੱਲ ਬਾਈ ਪਾ ਕੇ ਆਦਿਨ ਮੇਰੇ ਸ਼ੀਆਂ ਨੂੰ ਦੱਸੀ ਇੱਕ ਮਦਦ ਹੈ ਜਿਹੜੀ ਨਾ ਕਬਰ ਭੁੱਲੀ, ਜਿਹੜੀ ਨਾ ਕਫਨ ਭੁੱਲੀ, ਜਿਹੜੀ ਨਾ ਜੰਨਤ ਤਾਈਂ ਭੁੱਲਣੀ ਹੈ ਕਿਹੜੀ। ਅਲੀ ਫਰਮਾਇਆ ਉਹ ਮਦਦ ਹੈ ਜਿਹੜੀ ਮੈਂ ਕਰ ਨਾ ਸਕਿਆ। ਮੌਲਾ ਕਿਹੜੀ ਮਦਦ ਹੈ ਜਿਹੜੀ ਤੁਸੀਂ ਨਾ ਕਰ ਸਕੇ। ਅਲੀ ਆਦਿਨ ਹਰਮ ਦੇ ਮਿੰਬਰ ਤੇ ਬਹਿ ਕੇ ਮੇਰੇ ਸ਼ੀਆਂ ਨੂੰ ਦੱਸੀ ਉਹ ਮਦਦ ਮੰਗਣ ਅਲੀ ਨਬੀ ਦੀ ਧੀ ਆਈ ਮੰਗੀ ਉਸ ਵੇਲੇ ਹਾਜ਼ਰ ਜਦੋਂ ਬਲਦਾ ਹੋਇਆ ਤਾਕ ਬਤੂਲ